कर लै अपनी मां दे सिर ते मौज। लोकां नूं पैसे दे के खालस दुद्ध नहीं लभदा, तेरियां मुफ्त मौजां लगियां ने। मझ भी सोची पई है कि मैं 5 किलो दुद्ध देनी है, 10 किलो किवें कर लैंदे ने। ਇਹ ਜਾਦੂ ਸਿਰਫ ਮੈਨੂੰ ਆਉਂਦਾ ਏ, ਜੇ ਕੋ ਮਰਜ਼ੀ ਜਮਾ ਕਰਾ ਲਵਾਂ। ਆ ਜਾ ਤੇਰੇ ਇੰਤਜ਼ਾਰ ਚ ਲੋਕਾਂ ਦੇ ਬੱਚੇ ਸਕੂਲ ਜਾਣ ਤੋਂ ਬੈਠੇ। ਫੜ ਲੈ ਇਹਦੇ ਕੋਲੋਂ 5 ਕਿਲੋ ਦੀ ਬਾਲਟੀ, ਤੇ ਜੇ ਮੈਂ ਇਹਨੂੰ 10 ਕਿਲੋ ਕਰਵਾ ਦਿਆਂ ਤੇ ਕਹੀਂ ਚਾਚਾ ਸ਼ੈਤਾਨ ਤੇਰਾ ਕਮਾਲ ਏ। ਇਹ ਤੇ ਬੇਵਕੂਫ ਆ ਜਿਹੜਾ ਤੈਨੂੰ ਏਡਾ ਸੰਘਣਾ ਦੁੱਧ ਲਿਆ ਕੇ ਕਹਿੰਦਾ ਲੈ ਲੋਕਾਂ ਨੂੰ ਦੇ ਆ। ਵੇਖ ਜ਼ਰਾ ਜਿਹੜਾ ਦੁੱਧ ਬਾਲਟੀ ਨਾਲ ਚਿਮੜਿਆ ਉਹ ਮੇਦੇ ਦਾ ਬੇੜਾ ਗਰ ਕਰ ਦੇਗਾ। ਚੱਲ ਬਹਿ ਜਾ ਸਾਈਕਲ ਤੇ ਮੂੰਹ ਕਰ ਲੈ ਸ਼ਹਿਰ ਨੂੰ। ਹਾਂ ਵੱਜ ਗਈ ਮੱਤ ਸਾਈਕਲ ਚਲਾ ਕੇ। ਇਸ ਦੁੱਧ ਚ ਤੈਨੂੰ ਬਚਣਾ ਕੀ ਆ, 50-60 ਰੁਪਈਏ ਉਹ ਤੂੰ ਸਾਈਕਲ ਦੇ ਪੈਂਚਰਾਂ ਤੇ ਲਾ ਦੇਣੇ ਨੇ। ਜ਼ਿਆਦਾ ਦੁੱਧ ਵੇਚੇਗਾ ਤੇ ਜ਼ਿਆਦਾ ਪੈਸੇ ਬਚਣਗੇ। ਇਧਰ ਧਿਆਨ ਮਾਰ, ਇਹ ਲੱਗੇ ਹੋਏ ਨੇ ਤੇਰੀ ਬਹੁਤੀ ਕਮਾਈ ਦੇ ਨਲਕੇ। ਲੋਕੀ ਤੇ ਪਾਣੀ ਚ ਦੁੱਧ ਮਿਲਾਉਂਦੇ ਨੇ, ਤੂੰ ਤੇ ਫੇਰ ਵੀ ਦੁੱਧ ਚ ਪਾਣੀ ਮਿਲਾ ਰਿਹਾ। ਇਸ ਤੋਂ ਵੱਡੀ ਨੇਕੀ ਕਿਹੜੀ ਹੈ? ਲੋਕਾਂ ਦੇ ਬੱਚੇ ਸੁਸਤ ਤੇ ਤੇਰੇ ਚੁਸਤ। ਜਾ ਲੈ ਜਾ ਮੇਰਾ ਨਾਂ ਲੈ ਕੇ। ਲੋਕਾਂ ਦੀ ਫਿਕਰ ਨਾ ਕਰੀ, ਉਹ ਕਦੀ ਨੀ ਰਾਜ਼ੀ ਹੁੰਦੇ, ਪਰ ਮੈਂ ਤੇਰੇ ਤੇ ਰਾਜ਼ੀ ਹਾਂ।